ਜਿਹੜੇ ਬੀਏ ਵਾਲੇ ਵਿਦਿਆਰਥੀ ਹਨ ਉਹਨਾਂ ਦੇ ਮੈਸੇਜ ਆ ਰਹੇ ਸਨ ਕਿ ਸਾਡੇ ਜਿਹੜੇ ਪ੍ਰੈਕਟੀਕਲ ਐਗਜ਼ਾਮ ਦੀ ਡੇਟ ਸ਼ੀਟ ਹੈ ਉਹ ਸਾਨੂੰ ਨਹੀਂ ਪਤਾ ਲੱਗ ਬਾਰੇ ਦੱਸਿਆ ਜਾਵੇ ਕਮੈਂਟ ਸੈਕਸ਼ਨ ਦੇ ਵਿੱਚ। ਸੋ ਅੱਜ ਦੀ ਵੀਡੀਓ ਅਪਡੇਟ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਹੜੇ ਬੀਏ ਵਾਲੇ ਵਿਦਿਆਰਥੀ ਹਨ ਉਹਨਾਂ ਦੇ ਪ੍ਰੈਕਟੀਕਲ ਡੇਟ ਸ਼ੀਟਸ ਜਿਹੜੀਆਂ ਨੇ ਆਲਰੇਡੀ ਆ ਚੁੱਕੀਆਂ ਹਨ ਔਰ 16 ਮਾਰਚ ਤੋਂ ਜਿਹੜੇ ਪ੍ਰੈਕਟੀਕਲ ਨੇ ਉਹ ਸਟਾਰਟ ਹੋ ਚੁੱਕੇ ਹਨ। ਸੋ ਅੱਜ ਦੀ ਲੇਟੈਸਟ ਅਪਡੇਟ ਦੇ ਵਿੱਚ ਇਹੀ ਤੁਹਾਨੂੰ ਦੱਸਣ ਜਾ ਰਹੇ ਹਾਂ। ਸੋ ਸਮਾਂ ਨਾ ਖਰਾਬ ਕਰਦੇ ਅੱਜ ਦੀ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ। ਕੁਝ ਵਿਦਿਆਰਥੀਆਂ ਨੂੰ ਜਿਹੜੇ ਬੀਏ ਦੇ ਹਨ ਉਹਨਾਂ ਨੂੰ ਆਪਣੀ ਪ੍ਰੈਕਟੀਕਲ ਡੇਟ ਸ਼ੀਟ ਬਾਰੇ ਨਹੀਂ ਪਤਾ। ਸੋ ਜਿਹੜੀ ਤੁਹਾਡੀ ਸਕਰੀਨ ਦੇ ਉੱਪਰ ਇਹ PDF ਖੁੱਲੀ ਹੈ ਇਹ BEd BCom ਭਾਗ ਪਹਿਲਾ ਇਹਨਾਂ ਦੀ ਪ੍ਰੈਕਟੀਕਲ ਪ੍ਰੀਖਿਆ ਮੈਂ ਜਿਹੜੀ 16 ਮਾਰਚ ਤੋਂ ਸ਼ੁਰੂ ਹੋ ਰਹੀਆਂ ਉਹਨਾਂ ਦੀ ਡੇਟ ਸ਼ੀਟ ਹੈ। ਸਵੇਰੇ 9:30 ਤੋਂ ਪੇਪਰ ਸ਼ੁਰੂ ਹਨ। ਰੈਗੂਲਰ ਡਿਸਟੈਂਸ ਐਜੂਕੇਸ਼ਨ ਰੀਪੀਅਰ ਅਤੇ ਸਪੈਸ਼ਲ ਚਾਂਸ ਇਹ ਸਾਰੇ ਵਿਦਿਆਰਥੀ ਜਿਹੜੇ ਹਨ ਉਹ ਇਹ ਡੇਟ ਸ਼ੀਟ ਨੂੰ ਫੋਲੋ ਕਰਨਗੇ। ਸੋ ਵਿਸ਼ੇ ਦੇ ਅਕੋਰਡਿੰਗਲੀ ਤੁਸੀਂ ਆਪਣੀ ਪ੍ਰੈਕਟੀਕਲ ਡੇਟ ਸ਼ੀਟ ਜਿਹੜੀ ਹੈ ਫੋਲੋ ਕਰਨੀ ਹੈ। ਜਿਵੇਂ ਕਿ ਜਿਨ੍ਹਾਂ ਦਾ ਫਿਜ਼ੀਕਲ ਐਜੂਕੇਸ਼ਨ ਹੋਮ ਸਾਇੰਸ ਮਿਊਜ਼ਿਕ ਇੰਸਟਰੂਮੈਂਟ ਹੈ ਉਹਨਾਂ ਦਾ 21 ਅਤੇ 22 ਮਾਰਚ ਨੂੰ ਹੈ। ਉਸ ਤੋਂ ਬਾਅਦ ਜੋਗ੍ਰਾਫੀ ਮਿਊਜ਼ੀਕਲ ਵੋਕਲ ਕੰਪਿਊਟਰ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਗੁਰਮਤਿ ਸੰਗੀਤ ਕੰਪਿਊਟਰ ਐਪਲੀਕੇਸ਼ਨ ਐਂਡ ਬਿਜ਼ਨਸ ਇਹਨਾਂ ਦਾ 23 ਅਤੇ 24 ਨੂੰ ਹੈ। ਇਸ ਤੋਂ ਬਾਅਦ ਜਿਹੜੇ ਫਾਈਨ ਆਰਟਸ ਫੋਕ ਆਰਟ ਐਂਡ ਕਲਚਰ ਇਹਨਾਂ ਦਾ 25 ਅਤੇ 26 ਮਾਰਚ ਨੂੰ ਹੈ। ਸਾਈਕੋਲੋਜੀ ਅਤੇ ਫ੍ਰੈਂਚ ਇਹਨਾਂ ਦਾ 28 ਅਤੇ 29 ਮਾਰਚ ਨੂੰ ਹੈ। ਇਸ ਦੇ ਨਾਲ ਹੀ ਸਟੈਟ ਤਬਲਾ ਡਾਂਸ ਡਰਾਮੈਟਿਕ ਆਰਟ ਕਾਸਮੋਟੋਲੋਜੀ ਇਹਨਾਂ ਦਾ 16 ਮਾਰਚ ਨੂੰ ਹੈ ਅਤੇ ਆਫਿਸ ਮੈਨੇਜਮੈਂਟ ਐਂਡ ਸੈਕਟਰੀਅਲ ਪ੍ਰੈਕਟਿਸ ਹੋਮ ਮੈਨੇਜਮੈਂਟ ਇਹਨਾਂ ਦਾ 17 ਮਾਰਚ ਨੂੰ ਹੈ। ਇਸ ਦੇ ਨਾਲ ਹੀ ਜਿਹੜਾ ਫੈਸ਼ਨ ਡਿਜ਼ਾਇਨਿੰਗ ਐਗਰੋ ਸਰਵਿਸਿਜ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਔਰ ਫਿਲੋਸਫੀ ਇਹਨਾਂ ਦਾ 30 ਔਰ 31 ਮਾਰਚ ਨੂੰ ਹੈ ਔਰ ਇਹ ਜਿਹੜੇ ਔਨਲਾਈਨ ਵਿਧੀ ਰਾਹੀਂ ਪੇਪਰ ਹੋਣਗੇ। ਇਹਨਾਂ ਡੇਟਸ ਦੇ ਅਕੋਰਡਿੰਗਲੀ ਤੁਸੀਂ ਆਪਣੇ BA BA BEd ਜਾਂ BCom ਰੈਗੂਲਰ ਡਿਸਟੈਂਸ ਰੀਪੀਅਰ ਸਪੈਸ਼ਲ ਚਾਂਸ ਇਹ ਸਾਰੇ ਡੇਟ ਸ਼ੀਟ ਨੂੰ ਫੋਲੋ ਕਰਨਗੇ। ਸੋ ਅੱਜ ਦੀ ਲੇਟੈਸਟ ਅਪਡੇਟ ਦੇ ਵਿੱਚ ਇੰਨਾ ਹੀ। ਜੇਕਰ ਕਿਸੇ ਵਿਦਿਆਰਥੀ ਨੂੰ ਡੇਟ ਸ਼ੀਟ ਨਹੀਂ ਮਿਲ ਰਹੀ ਤਾਂ ਟੈਲੀਗ੍ਰਾਮ ਦੇ ਉੱਪਰ ਮੈਸੇਜ ਕਰ ਸਕਦੇ ਹੋ ਉੱਤੇ ਤੁਹਾਨੂੰ ਇਹ PDF ਮਿਲ ਜਾਵੇਗੀ। ਸੋ ਅੱਜ ਦੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।